ज्यादा ही खड़े या ज्यादा फिर सब कुछ लुधियाना दे विच एक शर्मसार घर का मामला सामने आया है। जिक्रयोग है कि लुधियाना दे फोकल पॉइंट थाना खेतर दे विच एक व्यक्ति अते उसके बेटे नू कुछ लोगों वालों कुटन का मामला सामने आया है। दरअसल ये पिता ते पुत्र सड़क ते जा रहे सन कि अचानक सड़क ते एक गऊ का बच्चा आ जाता है, जिस तो बाद उन्हां वलों जदों इस नूं पासे करन दी कोशिश कीती गई तां उत्थे मौजूद लोकां ने इन्हां नूं चोर समझ लिया अते उन्हां नूं फड़ लिया। ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਮੌਜੂਦ ਲੋਕਾਂ ਨੇ ਇਹਨਾਂ ਪਿਤਾ ਪੁੱਤਰ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਹੈ। ਮਾਮਲਾ ਜਦੋਂ ਪੁਲਿਸ ਤੱਕ ਪਹੁੰਚਿਆ ਤਾਂ ਪੁਲਿਸ ਨੇ ਦੋਨਾਂ ਪੱਖਾਂ ਦੀ ਵੀ ਆਪਸ ਦੇ ਵਿੱਚ ਸੁਲ੍ਹਾ ਕਰਵਾ ਦਿੱਤੀ ਅਤੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੌਜੂਦ ਲੋਕਾਂ ਨੇ ਇਹਨਾਂ ਪਿਤਾ ਪੁੱਤਰ ਨੂੰ ਚੋਰ ਸਮਝ ਲਿਆ ਸੀ, ਜਿਸ ਤੋਂ ਬਾਅਦ ਉਹਨਾਂ ਦੀ ਬਹਿਸਬਾਜ਼ੀ ਹੋਈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਕੁੱਟਮਾਰ ਦੀ ਗੱਲ ਤੋਂ ਇਨਕਾਰ ਕੀਤਾ ਹੈ। ਹਾਂਜੀ, ਇੱਕ ਮੈਟਰ ਸੀਗਾ 22 ਤਰੀਕ ਦੀ ਗੱਲ ਹੈ। ਸੁਬਹਾ ਸਵੇਰੇ 6:30 ਨਾ ਦੋਵੇਂ ਆਪਣੇ ਬੇਟਾ ਅਤੇ ਉਹਦੇ ਪਿਤਾ ਜਾ ਰਹੇ ਸੀ ਨਾਲ ਇੱਕ ਗੱਡੀ ਦੇ ਵਿੱਚ। ਉਹ ਪੱਠੇ ਇੱਥੇ ਵਗੈਰਾ ਗਊਸ਼ਾਲਾ 'ਚ ਦੇਣ ਆਉਂਦੇ ਆ। ਉਹ ਜਿਵੇਂ ਇੱਧਰ ਆਪਣੇ ਗੋਲ ਮਾਰਕੀਟ ਦੇ ਏਰੀਏ ਵਿੱਚ ਗਏ, ਉੱਥੇ ਉਹਨਾਂ ਨੇ ਦੇਖਿਆ ਵੀ ਕੋਈ ਆਪਣੇ ਛੋਟਾ ਬੱਚਾ ਗਾਂ ਦਾ ਉਹਨਾਂ ਦੇ ਰਸਤੇ ਰੁਸਤੇ 'ਚ ਆ ਗਿਆ, ਜੋ ਵੈਰੀਫਾਈ ਕਰਨ 'ਤੇ ਪਤਾ ਲੱਗਿਆ। ਉਹ ਉਹਨੂੰ ਸਾਈਡ 'ਤੇ ਕਰਨ ਲੱਗੇ ਜਾਂ ਜਿੱਦਾਂ ਵੀ ਕਰਦੇ ਸੀਗੇ ਤਾਂ ਲੋਕਲ ਰੈਜੀਡੈਂਟ ਨੂੰ ਇਹ ਲੱਗਿਆ ਵੀ ਉਹ ਕਿਤੇ ਉਹਨੂੰ ਲੈ ਕੇ ਜਾ ਰਹੇ ਨੇ ਚੱਕ ਕੇ ਰਹੇ, ਕਿਉਂਕਿ ਇੱਥੇ ਆਪਣੇ ਰਹਿੰਦੇ ਆ ਕਈ ਗਊ ਰਕਸ਼ਕ ਵਰਕਰ ਨੇ। ਉੱਥੇ ਉਸੇ ਸੰਬੰਧ ਦੇ ਵਿੱਚ ਉਹਨਾਂ ਦੀ ਆਪਸ ਦੇ ਵਿੱਚ ਥੋੜ੍ਹੀ ਜਿਹੀ ਬਹਿਸਬਾਜ਼ੀ ਹੋ ਗਈ ਤਾਂ ਉਹ ਉਸ ਬੰਦਿਆਂ ਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੁੰਦੇ ਸੀ, ਵੀ ਇਹਦੀ ਚੰਗੀ ਤਰ੍ਹਾਂ ਨਾਲ ਤਫਤੀਸ਼ ਕੀਤੀ ਜਾ ਸਕੇ ਵੀ ਕੀ ਕੀਤਾ ਇਸ ਬਾਰੇ। ਤਾਂ ਇੰਨੇ ਵਿੱਚ ਹੀ ਉਹਨਾਂ ਨੇ ਮਾੜਾ ਮੋਟਾ ਉੱਥੇ ਆਪਸ ਦੇ ਵਿੱਚ ਜਦੋਂ ਉਹਨਾਂ ਨੂੰ ਪੁੱਛਣ ਲੱਗੇ ਉਹ ਆਪਣੇ ਤੌਰ ਦੇ ਉੱਤੇ, ਤਾਂ ਉਹਨਾਂ ਦੀ ਆਪਸ ਦੇ ਵਿੱਚ ਥੋੜ੍ਹੀ ਬਹੁਤੀ ਝੜਪ ਵੀ ਹੋਈ ਆ। ਪਰ ਜਦੋਂ ਕਿ ਆ ਕੇ ਇਹਨਾਂ ਦੇ ਜਿਹੜੇ ਗਊਸ਼ਾਲਾ ਦੇ ਆਪਣੇ ਵਰਕਰ ਵੀ ਆ ਜਾਂ ਉਹਨਾਂ ਦੇ ਮੋਹਤਬਰ ਵਿਅਕਤੀਆਂ ਨੂੰ ਬੁਲਾ ਕੇ ਉਹਨਾਂ ਨੂੰ ਪਤਾ ਕੀਤਾ ਗਿਆ, ਡੂੰਘਾਈ ਨਾਲ ਜਾਂਚ ਕੀਤੀ ਗਈ, ਤਾਂ ਇਹ ਗੱਲ ਦੋਨੇ ਪਾਰਟੀਆਂ ਨੂੰ ਸਾਹਮਣੇ ਆਈਆਂ ਵੀ ਉਹ ਕੋਈ ਇੱਦਾਂ ਦੇ ਚੋਰ ਨਹੀਂ ਸੀ। ਉਹ ਕੋ ਆਪ ਖੁਦ ਵੀ ਗਊ ਰਕਸ਼ਕ ਨੇ ਅਤੇ ਜੋ ਵੀ ਉਹਨਾਂ ਨੇ ਕੀਤਾ ਕੋਈ ਭਲਾਈ ਦੇ ਕੰਮ ਲਈ ਕਰਦੇ, ਤਾਂ ਦੋਨੇ ਪਾਰਟੀਆਂ ਸੈਟਿਸਫਾਈ ਕਿ ਪੁਲਿਸ ਕੋਈ ਇੱਦਾਂ ਦੀ ਕੋਈ ਕੰਪਲੇਂਟ ਦਰਖਾਸਤ ਨਹੀਂ, ਕੁੱਟਦੇ ਨਹੀਂ ਉਹ। ਜਦੋਂ ਉਹ ਕਹਿ ਰਹੇ ਸੀਗੇ ਵੀ ਤੁਸੀਂ ਰੁਕੋ, ਜੋ ਉਹਨਾਂ ਤੋਂ ਪਤਾ ਕੀਤਾ ਗਿਆ ਦੋਨਾਂ ਪਾਰਟੀਆਂ ਤੋਂ, ਅਤੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਪੁਲਿਸ ਤੋਂ ਚੱਲੋ, ਤੁਸੀਂ ਗਊ ਇੱਦਾਂ ਚੋਰੀ ਕਰਨ ਦਾ ਸਾਨੂੰ ਸ਼ੱਕ ਲੱਗਦਾ, ਤਾਂ ਉਹ ਉੱਦਾਂ ਆਪਸ ਦੇ ਵਿੱਚ ਬਹਿਸ ਬੂਸ ਗਏ ਤਾਂ ਲੋਕਲਾਂ ਨੂੰ ਲੱਗਿਆ, ਲੋਕਲ ਜਿਹੜੇ ਰੈਜੀਡੈਂਟ ਨੇ ਆਪਣੇ ਉਹਨਾਂ ਨੂੰ ਲੱਗਿਆ ਵੀ ਇਹ ਕਿਤੇ ਬਾਕੀ ਇੱਦਾਂ ਕੁਛ ਕਰਦੇ ਆ, ਜਿਸ ਕਰਕੇ ਉਹਨਾਂ ਨੇ ਉੱਥੇ ਉਹਨਾਂ ਨੂੰ ਟਾਈ ਅਪ ਕਰਕੇ ਖੜਾਇਆ ਹੋਇਆ ਸੀਗਾ। ਅਤੇ ਜਿਵੇਂ ਹੀ ਉਹਨਾਂ ਦੇ ਆਪਣੇ ਬੰਦਿਆਂ ਨੂੰ ਲੱਗਿਆ, ਦੋਨੇ ਪਾਰਟੀਆਂ ਸੈਟਿਸਫਾਈ ਹੋ ਗਈਆਂ ਵੀ ਇਹ ਚੋਰ ਨਹੀਂ ਸੀਗੇ, ਉਹਨਾਂ ਨੂੰ ਵੀ ਲੱਗਿਆ ਵੀ ਚਲੋ ਸਾਡੀ ਥੋੜ੍ਹੀ ਬਹੁਤੀ ਗਲਤੀ ਸੀਗੀ, ਤਾਂ ਦੋਨਾਂ ਨੇ ਆਪਸ ਦੇ ਵਿੱਚ ਦੋਨਾਂ ਪਾਰਟੀਆਂ ਦੇ ਮੋਹਤਬਰ ਵਿਅਕਤੀਆਂ ਨੇ ਕੋਈ ਆਪਣਾ ਫੈਸਲਾ ਕਰ ਲਿਆ। ਨਹੀਂ, ਇੱਕ ਕੰਟਰੋਲ 'ਤੇ 100 ਨੰਬਰ 'ਤੇ ਕਾਲ ਆਈ ਸੀ ਵੀ ਇੱਥੇ ਕੋਈ ਚੋਰੀ ਕਰਨ ਵਾਲੇ ਬੰਦੇ ਫਿਰਦੇ ਆ। ਉਸ ਦੇ ਸੰਬੰਧ ਦੇ ਵਿੱਚ ਇੱਥੋਂ ਥਾਣੇ ਦੇ ਆਪਣੇ ASI ਸਾਹਿਬ ਅਤੇ ਜੋ ਵੀ ਡਿਊਟੀ ਅਫਸਰ ਸੀ ਉਹ ਮੌਕੇ 'ਤੇ ਪਹੁੰਚੇ ਸੀ, ਉਹਨਾਂ ਨੇ ਸਾਰਾ ਵੈਰੀਫਾਈ ਕੀਤਾ। ਵੈਰੀਫਾਈ ਕਰਨ ਤੋਂ ਬਾਅਦ ਦੋਨੇ ਪਾਰਟੀਆਂ ਆਪਸ ਸੈਟਿਸਫਾਈਡ ਹੋ ਗਈਆਂ, ਉਹਨਾਂ ਨੂੰ ਹੋ ਗਿਆ ਵੀ ਇਹ ਚੋਰ ਨਹੀਂ ਹੈਗੇ, ਅਤੇ ਉਹਨਾਂ ਨੂੰ ਵੀ ਲੱਗਿਆ ਵੀ ਹਾਂ ਚਲੋ ਸਾਨੂੰ ਵੀ ਇੱਦਾਂ ਨਹੀਂ ਕਰਨਾ ਚਾਹੀਦਾ।